ਦੋਸਤੋ ਅੱਜ ਵੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਪਿਛਲੇ ਇੱਕ ਹਫ਼ਤੇ ਦੀ ਆਟੋ ਨਿਊਜ਼ ਬਾਰੇ ਕੋਈ ਬਹੁਤੀਆਂ ਜ਼ਿਆਦਾ ਆਟੋ ਨਿਊਜ਼ ਨਹੀਂ ਹੈਗੀਆਂ ਪਰ ਫਿਰ ਵੀ ਇਹਦੇ 'ਚ ਦੋ ਚਾਰ ਜ਼ਰੂਰੀ ਨਿਊਜ਼ ਹੈਗੀਆਂ ਸ਼ਾਰਟ 'ਚ ਆਪਾਂ ਵੀਡੀਓ ਮਕਾ ਦੇਣੀ ਆ ਸ਼ੁਰੂ ਕਰ ਲੈਨੇ ਆ ਟਾਟਾ ਨੈਕਸਨ ਤੋਂ ਨੈਕਸਨ ਲਾਂਚ ਹੋ ਚੁੱਕੀ ਆ ਟਾਈਮ ਤੋਂ ਕੁਝ ਦਿਨ ਪਹਿਲਾਂ ਇਹਨਾਂ ਨੇ ਲਾਂਚ ਕਰ ਦਿੱਤੀ ਆ ਪੈਟਰੋਲ ਡੀਜ਼ਲ ਦੋਨਾਂ ਦੇ ਵਿੱਚ ਅਵੇਲੇਬਲ ਆ ਆਟੋਮੈਟਿਕ ਤੇ ਮੈਨੂਅਲ ਦੋਨੇ ਟਰਾਂਸਮਿਸ਼ਨ ਇਹਦੇ ਵਿੱਚ ਆ ਜਾਣਗੇ ਅਗਲੀ ਗੱਲ ਕਰ ਲੈਨੇ ਆ i20 ਤੇ ਫੇਸ ਲਿਫਟ ਬਾਰੇ ਦੋਸਤੋ i20 ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਟਾਈਮ ਇਹੋ ਜਿਹਾ ਹੈਗਾ ਕਿ ਯੂਥ ਨੂੰ i20 ਬਹੁਤ ਜ਼ਿਆਦਾ ਪਸੰਦ ਸੀ ਜਦੋਂ ਜਦੋਂ i20 ਦੇ ਫੇਸ ਲਿਫਟ ਆਉਂਦੇ ਰਹੇ ਇਹਨਾਂ ਦੀਆਂ ਨਵੀਆਂ ਜਨਰੇਸ਼ਨਾਂ ਆਉਂਦੀਆਂ ਗਈਆਂ ਤੇ i20 ਦਾ ਹੁੰਡਾਈ ਨੇ ਬੇੜਾ ਕਰਕ ਕਰਦੇ ਗਏ ਇਸੇ ਤਰੀਕੇ ਨਾਲ ਹੁਣ ਜਿਹੜੀ ਜਨਰੇਸ਼ਨ ਚੱਲਦੀ ਆ ਇਹ ਜਦੋਂ ਦੀ ਆਈ ਆ ਉਦੋਂ ਦੀ i20 ਦੀ ਸੇਲ ਦਿਨ-ਬਦਨ ਥੱਲੇ ਜਾ ਰਹੀ ਆ ਉਸ ਤੋਂ ਬਾਅਦ ਇਹਨਾਂ ਨੇ ਡੀਜ਼ਲ ਬੰਦ ਕਰਤੀ ਸੇਲ ਹੋਰ ਥੱਲੇ ਹੋ ਗਈ ਹੁਣ ਇਹਦਾ ਫੇਅਰ ਫੇਸ ਲਿਫਟ ਨਵਾਂ ਲਾਂਚ ਕਰਨ ਜਾ ਰਹੇ ਆ ਜਿਹਦੇ ਵਿੱਚ ਕੁਝ ਖਾਸ ਚੇਂਜਸ ਨਹੀਂ ਕੀਤੇ ਜਿਹੜੀ ਸਭ ਤੋਂ ਜ਼ਿਆਦਾ ਇਹਦੇ ਵਿੱਚ ਬੁਰੀ ਚੀਜ਼ ਆ ਜਿਹੜੀ ਸਭ ਤੋਂ ਜ਼ਿਆਦਾ ਭੈੜੀ ਲੱਗਦੀ ਆ i20 ਦੀ ਫਰੰਟ ਔਰ ਰੀਅਰ ਸ਼ੇਪ ਉਹ ਚੇਂਜ ਕਰਨ ਦੀ ਲੋੜ ਹੀ ਸੋ ਉਹ ਬਿਲਕੁਲ ਵੀ ਚੇਂਜ ਨਹੀਂ ਕਰ ਰਹੇ ਫਰੰਟ ਲਾਈਟਾਂ ਹੈਡਲਾਈਟਾਂ ਰੀਅਰ ਲਾਈਟਾਂ ਚ ਕੋਸਮੈਟਿਕਸ ਚੇਂਜਸ ਹੈਗੇ ਆ ਫਰੰਟ ਦਾ ਜਿਹੜਾ ਬੰਪਰ ਆ ਉਹਦੇ ਚ ਥੋੜੀ ਜਿਹੀ ਚੇਂਜਸ ਕੀਤੀ ਗਈ ਹੈ ਗ੍ਰਿਲ ਥੋੜੀ ਜਿਹੀ ਚੇਂਜ ਕੀਤੀ ਗਈ ਹੈ ਇੰਜਨ ਉਹੀ ਮਿਲੇਗਾ ਪੈਟਰੋਲ ਜਿਹੜਾ ਇਹਦੇ ਚ ਆਉਂਦਾ ਹੈਗਾ ਇਹਦੇ ਨਾਲ ਟਰਬੋ ਪੈਟਰੋਲ ਐਡ ਕੀਤਾ ਜਾਏਗਾ ਹੋਰ ਇਹਦੇ ਚ ਕੋਈ ਖਾਸ ਚੇਂਜਸ ਨਹੀਂ ਆਉਨੇ ਡੀਜ਼ਲ ਦੇ ਵਿੱਚ ਹੁਣ ਫੇਰ i20 ਨਹੀਂ ਆ ਰਹੀ ਰੈਨੋ ਨੇ ਆਪਣੇ अर्बन ਨਾਈਟ ਲਿミਟਡ ਐਡੀਸ਼ਨ ਲਾਂਚ ਕੀਤੇ ਆ ਤਿੰਨ ਗੱਡੀਆਂ ਇਹਨਾਂ ਦੀ ਮਾਰਕੀਟ ਦੇ ਵਿੱਚ ਅਵੇਲੇਬਲ ਆ ਕਾਈਗਰ ਕੁਇਡ ਤੇ ਟ੍ਰਾਈਬਰ ਇਨ੍ਹਾਂ ਦੇ ਵਿੱਚ ਇਹ ਵੇਰੀਐਂਟ ਆਉਣਗੇ ਇਹਦੇ ਵਿੱਚ ਕੀ ਹੈ ਕਿ ਜਿੱਦਾਂ ਬਾਕੀ ਕੰਪਨੀਆਂ ਨੇ ਟਰੈਂਡ ਚਲਾਇਆ ਹੋਇਆ ਕਿ ਸਾਰੀ ਗੱਡੀ ਕਾਲੀ ਕਰਕੇ ਤੇ ਉਹਦਾ ਨਾਮ ਰੱਖ ਦੋ ਕਿ ਨਾਈਟ ਐਡੀਸ਼ਨ ਡਾਰਕ ਐਡੀਸ਼ਨ ਉਦਾਂ ਹੀ ਉਹਨਾਂ ਦੀ ਰੀਸ ਕਰਕੇ ਇਹਨਾਂ ਨੇ ਵੀ ਆਪਣੇ ਨਾਈਟ ਐਡੀਸ਼ਨ ਲਾਂਚ ਕਰਤੇ ਆ ਸੋ ਰੈਨੋ ਦੀ ਸੇਲ ਤੇ ਹੁਣ ਕੋਈ ਖਾਸ ਰਹਿ ਨਹੀਂ ਗਈ ਤੇ ਦੇਖਦੇ ਹਾਂ ਦੀ ਕਿੰਨੀ ਕੁ ਸੇਲ ਹੁੰਦੀ ਹੈ ਜਿਹੜਾ ਰੇਟ ਦਾ ਫਰਕ ਆ 15000 ਰੁਪਏ ਆ ਟਰਾਈਬਰ ਤੇ ਕਾਈਗਰ ਦਾ ਤੇ ਕੁਇਡ ਦਾ 7000 ਰੁਪਿਆ ਮਹਿੰਗੀ ਆ ਵੈਸੇ ਵੀ ਕੁਇਡ ਦੀ ਨਵੀਂ ਜਨਰੇਸ਼ਨ ਵੀ ਆਉਣ ਦੀ ਪੂਰੀ ਸੰਭਾਵਨਾ ਉਸ ਤੋਂ ਬਾਅਦ ਸਕੋਡਾ ਕੋਡੀਆਕ ਤੇ ਸੁਪਰਬ ਦੋਨਾਂ ਗੱਡੀਆਂ ਦਾ ਜਿਹੜਾ ਅੱਗੇ ਨਵੀਂ ਜਨਰੇਸ਼ਨ ਆਉਣ ਵਾਲੀ ਆ ਤੇ ਇਹਦੇ ਇੰਟੀਰੀਅਰ ਜਿਹੜਾ ਅਨਵੀਲ ਕੀਤਾ ਗਿਆ ਉਹਦੀਆਂ ਫੋਟੋਆਂ ਤੁਹਾਨੂੰ ਦਿਖਾ ਦਿੰਨੇ ਆ ਸਕੋਡਾ ਇੱਕ ਬਹੁਤ ਹੀ ਵਧੀਆ ਕੰਪਨੀ ਆ ਸਭ ਤੋਂ ਵੱਡੀ ਕਮੀ ਇਸ ਟਾਈਮ ਜਿਹੜੀ ਸਕੋਡਾ ਚ ਚੱਲ ਰਹੀ ਹੈ ਇੰਡੀਆ ਦੇ ਵਿੱਚ ਕਿ ਡੀਜ਼ਲ ਦੇ ਵਿੱਚ ਨਹੀਂ ਆਉਂਦੀ ਸਿਰਫ ਪੈਟਰੋਲ ਦੇ ਵਿੱਚ ਆਉਂਦੀ ਆ ਜਿਹੜੀ ਕੋਡੀਆਕ ਔਰ ਸੁਪਰਬਾ ਇਹ ਵੀ ਦੋਨੇ ਪੈਟਰੋਲ ਦੇ ਵਿੱਚ ਆਉਣਗੀਆਂ ਅੱਗੇ ਐਕਸਯੂਵੀ 3 ڈਬਲਯੂ ਬਹੁਤ ਜਲਦੀ ਇੰਡੀਆ ਦੇ ਵਿੱਚ ਲਾਂਚ ਹੋਣ ਜਾ ਰਹੀ ਹੈ ਮੈਂ ਤੁਹਾਨੂੰ ਤਕਰੀਬਨ ਹਰ ਐਪੀਸੋਡ ਦੇ ਵਿੱਚ ਦੱਸਦਾ ਹੁਣ ਇਹ ਚ ਖਾਸ ਗੱਲ ਕੀ ਹੈ ਕਿ ਮਹਿੰਦਰਾ ਕਹਿ ਰਹੀ ਹੈ ਕਿ ਐਕਸਯੂਵੀ 3 ਡਬਲਓ ਆਪਾਂ ਬਹੁਤ ਜ਼ਿਆਦਾ ਫੀਚਰਸ ਦੇ ਨਾਲ ਲੈ ਕੇ ਆਂਗੇ ਨਵੇਂ ਫੀਚਰਸ ਕਾਫੀ ਜ਼ਿਆਦਾ ਆਉਣਗੇ ਜਿਹੜੇ ਇਸ ਸੈਗਮੈਂਟ ਦੇ ਵਿੱਚ ਨਹੀਂ ਹੋਣਗੇ ਉਥੋਂ ਨੈਕਸਨ ਲਾਂਚ ਹੋਈ ਹੈ ਟਾਟਾ ਕਹਿ ਰਹੀ ਹੈ ਕਿ ਇਹਦੇ ਵਿੱਚ ਆਪਾਂ ਸਭ ਤੋਂ ਵੱਧ ਫੀਚਰਸ ਪਾਏ ਆ ਮਹਿੰਦਰਾ ਵੀ ਕਹਿ ਰਹੀ ਹੈ ਐਕਸਯੂਵੀ ਚ ਸਭ ਤੋਂ ਵੱਧ ਫੀਚਰਸ ਪਾਏ ਆ ਹੁਣ ਜਦੋਂ ਐਕਸਯੂਵੀ 3 ਡਬਲਓ ਲਾਂਚ ਹੋਏਗੀ ਫਿਰ ਪਤਾ ਲੱਗੂਗਾ ਕਿਦੇ ਚ ਕਿੰਨੇ ਫੀਚਰਸ ਪ ਤੇ ਐਕਐਸਯੂਵੀ 3ਡਬਲਯੂ ਵੀ ਪੈਟਰੋਲ ਡੀਜ਼ਲ ਔਰ ਟਰਬੋ ਪੈਟਰੋਲ ਦੇ ਵਿੱਚ ਆ ਸਕਦੀ ਹੈ ਐਵੀ ਦੇ ਵਿੱਚ ਵੀ ਲਾਂਚ ਹੋਈ ਆ ਮਤਲਬ ਕੁਝ ਕੁ ਚੀਜ਼ਾਂ ਦੋਨਾਂ ਗੱਡੀਆਂ ਦੀ ਸੇਮ ਰਲਕੇ ਚੱਲਦੀਆਂ ਜੋ ਸੈਗਮੈਂਟ ਦੇ ਵਿੱਚ ਟਾਟਾ ਨੈਕਸਨ ਆਉਂਦੀ ਹੈ ਉਹੀ ਦੇ ਵਿੱਚ ਐਕਐਸਯੂਵੀ 3ਡਬਲਯੂ ਆਉਂਦੀ ਹੈ ਸੇਲ ਦਾ ਪਰ ਬੜਾ ਫਰਕ ਰਹਿ ਜਾਂਦਾ ਹੈ ਨੈਕਸਨ ਦੀ ਸੇਲ ਬਹੁਤ ਹੀ ਜ਼ਿਆਦਾ ਸੈਗਮੈਂਟ ਦੇ ਵਿੱਚ ਲਗਭਗ ਜ਼ਿਆਦਾਤਰ ਵਾਰੀ ਟੌਪ ਤੇ ਸੇਲ ਰਹਿੰਦੀ ਆ ਤੇ ਐਕਐਸਯੂਵੀ ਦੀ ਇੰਨੀ ਜ਼ਿਆਦਾ ਖਾਸ ਸੇਲ ਨਹੀਂ ਆ ਪਰ ਜਿਹੜਾ ਇਹਦਾ ਨਵਾਂ ਫੇਸ ਲਿਫਟ ਆ ਰਿਹਾ ਉਹ ਜਿਹੜੀ EV ਇਹਨਾਂ ਦੀ ਗੱਡੀ ਆਉਣ ਵਾਲੀ ਹੈ BE ਉਹ ਤੋਂ ਥੋੜੀ ਜਿਹਾ ਪ੍ਰਭਾਵਿਤ ਲੱਗਦਾ ਉਹਦੇ ਤੋਂ ਕਾਪੀ ਕੀਤਾ ਗਿਆ ਲੱਗਦਾ ਪਿਛਲੀਆਂ ਲਾਈਟਾਂ ਉਹਦੇ ਨਾਲ ਮੇਲਜੋੜ ਖਾਂਦੀਆਂ ਹੋਣਗੀਆਂ ਬਾਕੀ ਬਹੁਤ ਜਲਦ ਲਾਂਚ ਹੋਣ ਵਾਲੀ ਹੈ ਕਿਉਂਕਿ ਨੈਕਸਨ ਆ ਗਈ ਹੈ ਤੇ ਫਿਰ ਇਹਨਾਂ ਨੂੰ 3WWV ਜਲਦੀ ਲਾਂਚ ਕਰਨੀ ਪੈਣੀ ਹੈ ਟਾਟਾ ਨੇ ਆਪਣੀਆਂ EV ਗੱਡੀਆਂ ਦਾ ਨਵਾਂ ਨਾਮ ਰੱਖਤਾ ਵਾ Tata.EV ਜਿੰਨੀਆਂ ਹੁਣ ਟਾਟਾ ਦੀਆਂ EV ਦੇ ਵਿੱਚ ਗੱਡੀਆਂ ਆਉਣਗੀਆਂ ਉਹ Tata.EV ਦੇ ਨਾਮ ਦੇ ਨਾਲ ਆਉਣਗੀਆਂ ਅਗਲੀ ਗੱਲ ਕਰ ਲਈਏ ਤੇ ਕੀ ਆ ਸੋਨਟ ਜਿਹੜਾ HTK+ ਵੇਰੀਐਂਟ ਆਉਂਦਾ ਹੈਗਾ ਉਹਦੇ ਚ 1.2 ਲੀਟਰ ਪੈਟਰੋਲ ਵੇਰੀਐਂਟ ਦੇ ਵਿੱਚ ਸਨਰੂਫ ਐਡ ਕਰ ਦਿੱਤਾ ਗਿਆ ਯਾਨੀ ਕਿ ਹੁਣ ਤੁਹਾਨੂੰ ਬੇਸ ਮਾਡਲ ਦੇ ਵਿੱਚ ਹੀ ਸਨਰੂਫ ਮਿਲ ਜੇਗਾ ਜਿੱਦੀ ਕਿ ਐਕਸ਼ੋਰੂਮ ਪ੍ਰਾਈਸ ਜਿਹੜਾ 9.76 ਯਾਨੀ ਕਿ 9 ਲੱਖ 70 ਹਜ਼ਾਰ ਰੁਪਿਆ ਰੱਖੀ ਗਈ ਆ ਪਹਿਲਾਂ ਜਦੋਂ ਆਪਾਂ ਸੋਨਟ ਦਾ ਸਨਰੂਫ ਵਾਲਾ ਵੇਰੀਐਂਟ ਖਰੀਦਦੇ ਸੀ ਉਹਦੇ ਨਾਲੋਂ 73000 ਰੁਪਿਆ ਸਸਤਾ ਕੀਤਾ ਗਿਆ ਵਾ ਔਰ ਸੋਨਟ ਜਿਹੜੀ ਆ ਉਹ ਪੈਟਰੋਲ ਡੀਜ਼ਲ ਔਰ ਟਰਬੋ ਪੈਟਰੋਲ ਤਿੰਨਾਂ ਦੇ ਵਿੱਚ ਅਵੇਲੇਬਲ ਆ ਬਹੁਤ ਘੱਟ ਗੱਡੀਆਂ ਰਹਿ ਗਈਆਂ ਜਿਹੜੀਆਂ ਡੀਜ਼ਲ 'ਚ ਹੈਗੀਆਂ ਔਰ ਦੋਸਤੋ ਅਗਲੀ ਗੱਲ ਕਰ ਲਈਏ ਤੇ ਗੱਲ ਮੁਕਾ ਦੀ ਆਪਾਂ ਇੱਥੇ ਇਸ ਵੀਡੀਓ ਦੀ ਕਿ ਥਾਰ 5 ਡੋਰ ਜਿਹੜੀ ਆ ਉਹਦੀ ਲਗਾਤਾਰ ਹੋਰ ਜ਼ਿਆਦਾ ਟੈਸਟਿੰਗ ਚੱਲ ਰਹੀ ਆ ਕੁਝ ਕੁ ਉਹਦੇ 'ਚ ਕੰਪਨੀ ਨੂੰ ਕਮੀਆਂ ਲੱਭੀਆਂ ਜਿਹਦੇ ਕਰਕੇ ਕੁਝ ਕੁ ਬਦਲਾਵ ਕਰਕੇ ਕੰਪਨੀ ਉਹਦੀ ਟੈਸਟਿੰਗ ਦੁਬਾਰਾ ਕਰ ਰਹੀ ਆ ਤੇ ਹੁਣ ਇਹ ਇਹਨਾਂ ਨੇ ਕੰਪਨੀ ਨੇ ਕਿਹਾ ਕਿ ਆਪਾਂ ਇਹਨੂੰ ਥੋੜਾ ਜਿਹਾ ਡਿਲੇ ਕਰਕੇ ਦਸੰਬਰ ਦੇ ਵਿੱਚ ਅਨਵੀਲ ਕਰਾਂਗੇ ਤੇ ਅੱਗੇ ਜਾ ਕੇ ਆਪਾਂ ਜਨਵਰੀ ਦੇ ਵਿੱਚ ਇਹਨੂੰ ਲਾਂਚ ਕਰ ਦਾਂਗੇ ਪ੍ਰੋਪਰ ਤਰੀਕੇ ਨਾਲ ਸਮਾਂ ਥੋੜਾ ਜਿਹਾ ਜ਼ਿਆਦਾ ਲੱਗ ਰਿਹਾ ਉਹਦਾ ਕਾਰਨ ਇਹੋ ਹੀ ਹੈ ਕਿ ਮਹਿੰਦਰਾ ਕੋਲ ਪ੍ਰੋਡਕਸ਼ਨ ਨਹੀਂ ਹੋ ਰਹੀ ਅੱਜ ਦੇ ਟਾਈਮ ਤੇ ਵੀ 65000 ਗੱਡੀਆਂ ਥਾਰ ਦੀਆਂ 4/2 ਦੀਆਂ 65000 ਗੱਡੀਆਂ ਪੈਂਡਿੰਗ ਚ ਪਈਆਂ ਥਾਰ 3 ਡੋਰ ਦੇ ਵਿੱਚ ਇੰਨੀ ਜ਼ਿਆਦਾ ਗੱਡੀ ਹਜੇ ਪੈਂਡਿੰਗ ਚ ਪਈ ਆ ਔਰ ਉਥੋਂ ਜੇ ਗੱਲ ਕਰ ਲਈ ਆਪਾਂ ਜਿਮਨੀ ਦੀ ਤੇ ਜਿਮਨੀ ਬੁਰੀ ਤਰ੍ਹਾਂ ਪਿੱਟ ਚੁੱਕੀ ਆ ਬੁਰੇ ਤਰੀਕੇ ਨਾਲ ਫਲॉप ਹੋ ਚੁੱਕੀ ਆ ਕੁਛ ਦਿਨ ਪਹਿਲਾਂ ਮੈਂ ਜਿਮਨੀ ਦੀ ਟੈਸਟ ਡਰਾਈਵ ਲੈਣ ਗਿਆ ਸੀ ਉਹਦੀ ਵੀਡੀਓ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰੂੰਗਾ ਮਤਲਬ ਜਿਮਨੀ ਦਾ ਇੰਨਾ ਮਾੜਾ ਹਾਲ ਹੋ ਚੁੱਕਿਆ ਕਿ ਕੰਪਨੀ ਕਹਿ ਰਹੀ ਹੈ ਕਿ ਭਾਵੇਂ ਹੁਣੇ ਹੀ ਲੈ ਜਾਓ ਹੁਣੇ ਹੀ ਲੈ ਜਾਓ ਤੁਸੀਂ ਔਰ ਡਿਸਕਾਊਂਟ ਵੀ ਜਿਮਨੀ ਦੇ ਉੱਤੇ ਮਿਲ ਰਿਹਾ ਤੇ ਸੋ ਕੰਪੀਟੀਸ਼ਨ ਦੇਣਾ ਸੀਗਾ ਥਾਰ 3 ਡੋਰ ਨੂੰ ਤੇ ਉਹ ਹੁਣ ਕੰਪੀਟੀਸ਼ਨ ਚ ਬਿਲਕੁਲ ਬਾਹਰ ਹੋ ਗਈ ਹੈ ਬਿਲਕੁਲ ਫਲॉप ਹੋ ਚੁੱਕੀ ਹੈ ਥਾਰ ਜਦੋਂ 5 ਡੋਰ ਲਾਂਚ ਹੋ ਗਈ ਉਸ ਦਿਨ ਤੇ ਪਤਾ ਨਹੀਂ ਇਹਦਾ ਕੀ ਹਾਲ ਹੋਊਗਾ ਸੋ ਦੋਸਤੋ ਇਹ ਸੀਗੀਆਂ ਇਸ ਹਫਤੇ ਦੀਆਂ ਕੁਸ਼ਕ ਆਟੋ ਨਿਊਜ਼ ਮਿਲਦੇ ਆਂ ਜੀ ਫੇਰ ਇੱਕ ਨਵੇਂ ਵੀਡੀਓ ਦੇ ਨਾਲ ਧੰਨਵਾਦ